बीती रात पिंड रामपुर बिलड़ो के नज़दीक एक भट्ठे नाल तेज रफ्तार गड्डी टकराउण कारण एक नौजवान की मौत होने की सूचना मिली है। मृतक नौजवान की पहचान अमृतपाल पुत्र मास्टर राजकुमार उमर 26 साल वासी पिंड डोगरपुर वजो हुई है। जानकारी अनुसार मृतक अमृतपाल बीती रात पिंड हाजीपुर तो यागो में हिस्सा लैन तो बाद गड्डी लैके पिंड डोगरपुर जा रहा है। जो वह पिंड रामपुर बिलड़ो के भट्ठे के नज़दीक पुजा तो तेज रफ्तार होने कारण उसकी गड्डी भट्ठे नाल टकरा के पलट गई। हादसा इन्ना जबरदस्त है कि गड्डी के परखचे तक उड़ गए और नौजवान बड़ी ही मुशक्कत नाल बाहर कढ़िया। इतने दस दिए कि अमृतपाल इटली तो 8 दिन पहला पिंड छुट्टी कट्टन लई आया होया सी। ये जिहड़ा एक्सीडेंट होया ना ये मेरे साडू दा भतीजा सीगा ते रात जागो देख के आ रहा सी इत्थे बिरड़ो तो ते गड्डी शायद ओवरटेक हो गई जां किद्दां तो वह एक्सीडेंट दे विच ही राती मतलब उहदी डैथ हो गई। कित्थों आया सीगा ते कित्थे जा? हाँ जी ये डोगर पर जाना सीगा, इन्हां ने बिरड़ो ही ब्याह सीगा वो जागो देख के डोगर पर जाना सी। ये वैसे इटली तो आया सीगा, हफ्ता 10 दिन होए सीगे, इन्हें कनेडा जाना सीगा। हाँ जी ਗੱਡੀ ਓਵਰਟੇਕ ਹੋਣ ਦੇ ਨਾਲ ਹੀ ਮੇਰੇ ਖਿਆਲ ਰਾਤ ਇਹ ਇਹਨਾਂ ਦੀ ਡੈਥ ਹੋ ਗਈ। ਅੰਮ੍ਰਿਤਪਾਲ ਸਿੰਘ ਸਾਡੇ ਪਿੰਡ ਡੋਗਰਪੁਰ ਦਾ ਸੀ। ਰਾਤੀ ਜਦੋਂ ਫੋਨ ਆਇਆ ਪੁਲਿਸ ਮੁਲਾਜ਼ਮਾਂ ਦਾ ਸੁਣ ਕੇ ਬਹੁਤ ਦੁੱਖ ਲੱਗਾ। ਜਾ ਕੇ ਦੇਖਿਆ ਤਾਂ ਇੱਦਾਂ ਦਾ ਨੌਜਵਾਨ ਜਿਹੜਾ ਕਿ ਦੁੱਖ ਇੱਦਾਂ ਹੀ ਦੁਖਦਾਈ ਘਟਨਾ ਹੋਈ ਆ ਕਿ ਨਾ ਭੁੱਲਣ 'ਚ ਹੋ ਗਿਆ ਅਤੇ 8-9 ਮਹੀਨੇ ਵਿਆਹ ਨੂੰ ਹੋਏ ਅਤੇ 8 ਕੁ ਦਿਨ ਪਹਿਲਾਂ ਇਟਲੀ ਤੋਂ ਆਇਆ, ਹੁਣ ਇਹਨੇ ਜਾਣਾ ਸੀ ਕਨੇਡਾ ਨੂੰ। ਇਹ ਸਾਡੇ ਪਿੰਡ ਦੇ ਵਿੱਚ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਆ। ਅਸੀਂ ਇਹਨਾਂ ਦਾ ਬਹੁਤ ਤਹਿ ਦਿਲੋਂ ਦੁੱਖ ਪ੍ਰਗਟ ਕਰਦੇ ਹਾਂ ਸਾਰੇ ਪਿੰਡ ਵੱਲ ਨਗਰ ਵਾਸੀ, ਕੋਈ ਕਹਿਣ ਦੀ ਗੱਲ ਨਹੀਂ ਰਹੀ। ਉਧਰ ਇਸ ਮਾਮਲੇ ਸੰਬੰਧੀ ਥਾਣਾ ਗੜਸ਼ੰਕਰ ਤੋਂ ASI ਰਸ਼ਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਗੜਸ਼ੰਕਰ ਵਿਖੇ ਰਖਵਾ ਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਰਾਤ ਕੋਈ 11 ਵਜੇ ਨਾ ਰਾਮਪੁਰ ਬਿਲਡਿੰਗ ਦੇ ਸਰਪੰਚ ਦਾ ਫੋਨ ਆਇਆ ਗਾ ਕਿ ਬੈਲ ਦੇ ਪੱਠੇ ਲੱਗ ਕੇ ਕੋਈ ਕਾਰ ਜਿਹੜੀ ਆ ਪਲਟ ਗਈ ਆ, ਐਕਸੀਡੈਂਟ ਹੋਣ ਕਾਰਨ ਕਿਸੇ ਵਿਅਕਤੀ ਦੀ ਮੌਤ ਹੋਈ ਲੱਗਦੀ ਆ। ਇੱਥੇ ਮੈਂ ਸਮੇਤ ਪਾਰਟੀ ਜਿਹੜੀ ਮੌਕੇ 'ਤੇ ਪੁੱਜਾ ਹਾਂ ਅਤੇ ਜਿਹੜੀ ਕਾਰ ਜਿਹੜੀ ਆ ਚੱਕੇ 'ਚ ਵੱਜ ਕੇ ਪਲਟ ਚੁੱਕੀ ਸੀ, ਜਿਹਦੇ ਵਿੱਚ ਨੌਜਵਾਨ ਵਿਅਕਤੀ ਜਿਹੜਾ ਇਹਦੀ ਪਛਾਣ ਅੰਮ੍ਰਿਤਪਾਲ ਸਿੰਘ ਪੁੱਤਰ ਰਾਜਕੁਮਾਰ ਪਿੰਡ ਡੂਗਰਪੁਰ ਵਜੋਂ ਹੋਈ, ਜਿਹਦੀ ਡੈੱਡ ਬੋਡੀ ਜਿਹੜੀ ਐਂਬੂਲੈਂਸ ਰਾਹੀਂ ਸਿਵਲ ਹੋਸਪਿਟਲ ਰਖਾਈ ਗਈ ਆ। ਕਾਰਵਾਈ ਜਿਹੜੀ ਆ 194 BNSS ਜਿਹੜੀ ਆ ਕਾਰਵਾਈ ਅਮਲ ਵੀ ਲੈਂਦੀ ਜਾ ਰਹੀ ਆ।